रामा मंडी विच नगर कौंसल दे बाहर धरना प्रदर्शन शुरू कर दिया गया। दरअसल पुलिस ने सवेरे सवेरे नगर कौंसल दे वाइस प्रधान सरबजीत सिंह नूं चुक लिया ते उसदे बजुर्ग सेवा मुक्त बाप नूं धक्के मारे अते रोस जाहिर करन वालियां ने कहा है कि पंजाब सरकार धक्का कर रही है ते इह सब लोकल विधायक दी शह ते हो रहा है। उन्हां मांग कीती कि सरबजीत ढिल्लों नूं तुरंत रिहा कीता जावे ते प्रदर्शनकारियां ने कहा है कि सानू बहुमत भी हासिल ना करन दिता गया पर धक्केशाही बर्दाश्त नहीं कीती जावेगी। पेश है रामा मंडी तो साडे पत्रकार अशोक कुमार दी एह रिपोर्ट। नगर कौंसल जो गांधी चौक दे विच धरना दिता गया इस करके दिता गया है कि पंजाब सरकार दी जो इत्थे लोकल MLA आ बखलाड़ च आ के अज नगर कौंसल रामा दे विच पेपर उस की मते उत्ते मता होना सीगा जिहदे विच हालांकि आम पार्टी का एक भी MC नगर कौंसल दे विच जित के आया MC नहीं है। ਸਾਡੇ ਕੁਝ ਕਾਂਗਰਸੀ MCਾਂ ਨੂੰ ਇਹਨਾਂ ਨੇ ਗੁੰਮਰਾਹ ਕਰਕੇ ਬੇਭਰੋਸ ਕੀਮਤਾਂ ਲਿਆਂਦਾ ਲੇਕਿਨ ਫਿਰ ਵੀ ਸਾਡੀ ਇਹਨਾਂ ਨੂੰ ਇੰਨੀ ਬਖਲਾਟ ਹੋ ਗਈ ਕਿ ਸਵੇਰੇ 6 ਵਜੇ ਸਾਡੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸਰਜੀਤ ਢਿੱਲੋਂ ਨੂੰ ਪੁਲਿਸ ਨੇ ਸਵੇਰੇ ਘਰੋਂ ਚੱਕ ਲਿਆ। ਜਦੋਂ ਉਹਨਾਂ ਦੇ ਪਿਤਾ ਜੋ ਕਿ 72 ਸਾਲ ਦੇ ਰਿਟਾਇਰ ਮੁਲਾਜ਼ਮ ਨੇ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੈ ਮੇਰੇ ਮੁੰਡੇ ਦਾ ਕੀ ਕਸੂਰ ਹੈ ਤਾਂ ਉਹਨਾਂ ਨੂੰ ਧੱਕਾ ਦੇ ਕੇ ਪਿੱਛੇ ਛੱਡਦੇ ਹੋਏ ਦੱਸਦੇ ਆ ਕਿ ਇਸ ਨੂੰ ਨਗਰ ਕੌਂਸਲ ਰਾਜਨੀਤੀ ਕਰਨ ਦਾ ਸਬਕ ਸਿਖਾਉਣੇ ਆ। ਉਹ ਭਲੇ ਮਾਨਸੋ ਜੋ ਤੁਹਾਨੂੰ ਪਤਾ ਤੁਹਾਡਾ ਆਪਦਾ MC ਕੋਈ ਹੈ ਨਹੀਂ, ਕਾਂਗਰਸ ਨੇ ਸਾਡੇ ਵੀਰ ਗੁੰਮਰਾਹ ਕਰਕੇ ਤੁਸੀਂ ਨਾਲ ਲਾ ਲਏ ਫਿਰ ਵੀ ਤੁਹਾਡਾ ਢਿੱਡ ਨਹੀਂ ਭਰਿਆ। ਤੁਸੀਂ ਜਦੋਂ ਸਾਡੇ MC ਗੁੰਮਰਾਹ ਹੋਏ ਤੁਹਾਡੇ ਨਾਲ ਨੇ ਫਿਰ ਤੁਹਾਨੂੰ ਕੀ ਡਰ ਹੈ? ਅਸੀਂ 3 MC ਸੀ, ਅਸੀਂ ਨਗਰ ਕੌਂਸਲ ਜਾਂਦੇ, ਮੀਟਿੰਗ ਅਸੀਂ ਬੁਲਾਈ ਹੋਈ ਹੈ, ਅਸੀਂ ਅਟੈਂਡ ਕਰਦੇ, ਬੇਭਰੋਸੀ ਮਤਾ ਸਾਡੇ ਜੇ ਖਿਲਾਫ ਹੁੰਦਾ ਅਸੀਂ ਘਰੇ ਆ ਜਾਂਦੇ। ਇਹ ਧੱਕਾ ਕਦ ਤੱਕ ਚੱਲੂਗਾ? ਇੱਕ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਨੇ ਵੋਟਾਂ ਪਾ ਕੇ ਵਾਰਡ ਦਾ MC ਬਣਾਇਆ, ਨਗਰ ਕੌਂਸਲ ਰਾਮਾ ਦਾ ਵਾਈਸ ਪ੍ਰਧਾਨ ਬਣਾਇਆ, ਤੁਸੀਂ ਉਹਨੂੰ ਘਰੋਂ ਚੱਕਦੇ ਹੋ ਫਿਰ ਉਹਦਾ ਕਾਰਨ ਕੋਈ ਨਹੀਂ ਦੱਸਦੇ? ਇਹੋ ਜਿਹਾ ਗੁੰਡਾ ਰਾਜ, ਇਹੋ ਜਿਹਾ ਅਸੀਂ ਭਗਵੰਤ ਮਾਨ ਜੀ ਨੂੰ ਪੁੱਛਦੇ, ਇਹੋ ਜਿਹੀ ਆਮ ਪਾਰਟੀ ਦੀ ਸਰਕਾਰ ਦਿਉਂਗੇ ਆਮ ਲੋਕਾਂ ਵਾਸਤੇ? ਕੀ ਭੈਣ ਬਲਜਿੰਦਰ ਕੌਰ, ਲੋਕਾਂ ਨੇ ਤੈਨੂੰ ਤਲਵੰਡੀ ਸਾਹਿਬ ਹਲਕੇ 'ਚ ਵੋਟਾਂ ਪਾ ਕੇ ਵਿਧਾਇਕ ਬਣਾਇਆ, ਚੀਫ ਵਿਪ ਤੁਸੀਂ ਪੰਜਾਬ ਦੇ ਹੋ, ਮੈਂ ਤੁਹਾਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਤੁਹਾਡੀ ਨਗਰ ਕੌਂਸਲ ਅਧੀਨ ਜੇ ਤੁਹਾਡੇ ਕੋਲ MC ਹੈ ਨਹੀਂ ਸੀ ਆਮ ਪਾਰਟੀ ਦੇ, ਚਲੋ ਤੁਸੀਂ ਕਾਂਗਰਸ ਦੇ ਗੁੰਮਰਾਹ ਕਰਕੇ ਨਾਲ ਲਾ ਲਏ ਮੇਰੇ ਵੀਰ, ਤਾਂ ਫਿਰ ਵੀ ਤੁਹਾਡਾ ਢਿੱਡ ਨਹੀਂ ਭਰਿਆ? ਫਿਰ ਤੁਸੀਂ ਸਾਨੂੰ ਘਰੇ ਵੀ ਨਹੀਂ ਬੈਠਣ ਦਿੰਦੇ, ਸਾਨੂੰ ਆਪਦਾ ਬਹੁਮਤ ਸਾਬਤ ਵੀ ਨਹੀਂ ਕਰਨ ਦਿੰਦੇ? ਅਸੀਂ ਹਾਰ ਜਾਂਦੇ ਆਪਦੇ ਘਰੇ ਵਗ ਜਾਂਦੇ, ਤੁਸੀਂ ਜਿੱਤ ਜਾਂਦੇ ਸਾਡੇ MC ਤੁਹਾਡੇ ਘਰੇ ਵਗ ਜਾਂਦੇ। ਇਹ ਸਾਡਾ ਤੁਸੀਂ ਜਾਣਦੇ ਹੋ ਸਰਬਜੀਤ ਢਿੱਲੋਂ ਇੱਕ ਇਕੱਲਾ ਇਕਲੌਤਾ ਪੁੱਤਰ ਆਪਦੀ ਮਾਂ ਦਾ, ਆਪਦੇ ਮਾਂ ਪਿਓ ਦਾ ਇਕਲੌਤਾ ਪੁੱਤਰ ਹੈ ਜਿਹਨੂੰ ਤੁਸੀਂ ਤੜਕੇ 6 ਵਜੇ ਘਰੋਂ ਚੱਕ ਲਿਆ, ਆਪਦੇ ਢਿੱਡ 'ਤੇ ਹੱਥ ਰੱਖ ਕੇ ਦੱਸੀ ਮੇਰੀ ਭੈਣ ਮੇਰੀ ਹੈ ਕਿ ਉਹਦੀ ਮਾਂ 'ਤੇ ਕੀ ਬੀਤਦੀ ਹੋਊਗੀ, ਜਿਹਨੂੰ ਸੋਚੋ ਨਗਰ ਕੌਂਸਲ ਰਾਮਾ ਦੇ ਅੰਦਰ ਸ਼ਹਿਰ ਦੇ ਵਿੱਚ ਧੜਾਧੜ ਚੋਰੀਆਂ ਹੋ ਰਹੀਆਂ, ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ। ਕੱਲ੍ਹ ਇਸੇ ਰਾਮਾ ਮੰਡੀ ਦੇ ਵਿੱਚ ਇੱਕ ਬੰਦੇ ਉੱਤੇ ਗੋਲੀ ਚਲਾ ਕੇ ਉਹ ਤੋਂ ਮੋਬਾਈਲ 'ਤੇ ਉਹਦਾ ਸਮਾਨ ਖੋਹ ਕੇ ਲੈ ਗਏ। ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਤੁਸੀਂ ਦਿਖਵਾਲੇ ਹੋ, ਤੁਸੀਂ ਲਾ ਐਂਡ ਆਰਡਰ ਦੇ ਸਰਦਾਰ ਜੋ, ਤੁਹਾਡੇ ਸਿਰ 'ਤੇ ਲੋਕ ਸੁੱਖ ਦੀ ਨੀਂਦ ਸੌਂਦੇ ਆ, ਲੇਕਿਨ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਨੂੰ ਸੁੱਖ ਦੀ ਨੀਂਦ ਸੌਣ ਵਾਸਤੇ ਐਸਾ ਗੁੰਡਾ ਰਾਜ ਨਾ ਲਿਆਓ ਕਿ ਲੋਕ ਤੁਹਾਡੇ ਖਿਲਾਫ ਖੜੇ ਹੋ ਜਾਣ। ਇਸ ਲਈ ਮੈਂ ਬੇਨਤੀ ਕਰਦਾ, 11 ਵਜੇ ਸਾਡੀ ਮੀਟਿੰਗ ਹੈ, 9:50 ਹੋਏ ਨੇ, ਸਾਡਾ MC ਸਾਨੂੰ ਵਾਪਸ ਲਿਆ ਦਿਓ, ਅਸੀਂ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਨਗਰ ਕੌਂਸਲ ਜਾਵਾਂਗੇ, ਬਹੁਮਤ ਸਿੱਧ ਕਰਾਂਗੇ। ਨਾ ਸਿੱਧ ਹੋਇਆ ਅਸੀਂ ਆਪਦੇ ਘਰੇ, ਤੁਸੀਂ ਸਾਡੇ ਗੁੰਮਰਾਹ ਕੀਤੇ MC ਨੂੰ ਆਪਦੇ ਨਾਲ ਲਈਓ, ਲੇਕਿਨ ਆਹ ਧੱਕਾ ਸਹੀ ਕਿੰਨਾ ਚਿਰ ਕਰੋਗੇ? ਇਸ ਲਈ ਮੈਂ ਬੇਨਤੀ ਕਰਦਾ ਵਾਰ ਵਾਰ ਕਿ ਇਹ ਗੁੰਡਾਗਰਦੀ ਨਾ ਅੱਜ ਚੱਲਣ ਦੀ ਏ, ਨਾ ਕੱਲ੍ਹ ਚੱਲਣ ਦੀ ਏ। ਅਗਰ ਸਰਕਾਰ ਨੇ ਤੁਹਾਨੂੰ ਵੋਟਾਂ ਪਾ ਕੇ ਸਪੋਰਟਰਾਂ ਨੇ ਜਿਤਾਇਆ ਨਾ, ਇਹ ਜਦੋਂ ਖੜ੍ਹੇ ਹੋ ਗਏ ਤੁਹਾਨੂੰ ਨੀਂਦ ਆਉਣੀ ਔਖੀ ਹੋ ਜੂ। ਇਸ ਲਈ ਮੈਂ ਬੇਨਤੀ ਕਰਦਾ ਕਿ ਵਾਰ ਵਾਰ ਕਿ ਸਾਡਾ ਇਕਲੌਤਾ ਪੁੱਤਰ ਸਰਬਜੀਤ ਢਿੱਲੋਂ ਆਪਦੇ ਮਾਂ ਪਿਓ ਦਾ, ਉਹਦਾ ਫਾਦਰ ਰਿਟਾਇਰ ਹੈ ਮੁਲਾਜ਼ਮ 72 ਸਾਲ ਦਾ, ਉਹਦੀ ਮਾਂ 'ਤੇ ਕੀ ਬੀਤਦੀ ਹੋਊਗੀ ਜਿਹਨੂੰ ਤੁਸੀਂ ਘਰੋਂ ਚੱਕ ਲਿਆ? ਮੈਂ ਕਹਿੰਦਾ ਗੁਨਾਹ ਕੀਤਾ ਕੋਈ ਚੱਕਣਾ ਸੀ, ਇਸ ਲਈ ਮੈਂ ਤੁਹਾਨੂੰ ਰਿਕੁਐਸਟ ਕਰਦਾ ਵੀ ਉਹ ਵਾਪਸ ਲਿਆ ਦਿਓ, ਸਾਨੂੰ ਲੋਕਤੰਤਰ ਦੀ ਪ੍ਰਕਿਰਿਆ ਕਰਨ ਦਾ ਮੌਕਾ ਦਿਓ। ਇਸ ਲਈ ਮੈਂ ਦੁਬਾਰਾ ਫਿਰ ਪੰਜਾਬ ਸਰਕਾਰ ਮੁਰਦਾਬਾਦ।